ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹੀਦੀ ਹੋ ਚੁੱਕੀ ਹੈ। ਆਖਰੀ ਮੌਕੇ ਗੁਰੂ ਸਾਹਿਬ ਦੋ ਗਜ਼ ਕੱਪੜਾ ਵੀ ਆਪਣੇ ਪੁੱਤਰਾਂ ਦੇ ਸਰੀਰ 'ਤੇ ਪਾਏ ਬਗੈਰ ਹੀ ਚਮਕੌਰ ਦੀ ਗੜੀ 'ਚੋਂ ਨਿਕਲ ਗਏ। ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਬਣਨ ਲਈ ਤਿਆਰ ਬਰ ਤਿਆਰ ਨੇ। ਛੋਟੇ ਸਾਹਿਬਜ਼ਾਦੇ ਸਿੱਖੀ ਸਿਦਕ ਦੇ ਇਮਤਿਹਾਨ ਦੇ, ਸਿੱਖੀ ਸਿਦਕ ਦੇ ਜ਼ਹੂਰ ਦੇ ਸਭ ਤੋਂ ਛੋਟੇ ਸ਼ਹੀਦ ਹਨ। ਔਰ ਫਤਿਹਗੜ੍ਹ ਸਾਹਿਬ ਜੋ ਗੁਰਦੁਆਰਾ ਹੈ, ਇਹ ਉਸ ਜ਼ਹੂਰ ਦਾ, ਉਸ ਸ਼ਹੀਦੀ ਦੀ ਦਾਸਤਾਨ ਦੀ, ਦਰਦਨਾਕ ਦਾਸਤਾਨ ਦੀ ਮੈਨੀਫੈਸਟੇਸ਼ਨ ਦਾ ਸੰਸਾਰ ਵਿੱਚ ਸਭ ਤੋਂ ਵੱਡਾ ਤੀਰਥ ਸਥਾਨ ਹੈ। ਇਹਦੇ 'ਚ ਵਿਚਿੱਤਰ ਗੱਲ ਇਹ ਹੋਈ ਕਿ ਜੋ ਅੱਜ ਮੈਂ ਸਮਝਦਾ ਸਾਨੂੰ ਸਭ ਨੂੰ ਮਹਿਸੂਸ ਕਰਨਾ ਚਾਹੀਦਾ, ਔਰ ਉਹਨਾਂ ਲੋਕਾਂ ਨੂੰ ਜੋ ਆਪਣੇ ਸਿਦਕੋਂ ਹਾਰ ਚੁੱਕੇ ਨੇ, 300 ਸਾਲਾਂ ਦੇ ਸਫ਼ਰ ਵਿੱਚ ਇਹ ਸ਼ਹੀਦੀਆਂ ਨੂੰ ਲਗਭਗ 10-11 ਸਾਲ ਹੋਏ ਨੇ। ਅਸੀਂ 310-11 ਸਾਲਾਂ ਵਿੱਚ ਸਿਦਕ ਤੋਂ ਹਾਰ ਗਏ ਹਾਂ, ਸਿਦਕ ਨੂੰ ਪਿੱਠ ਦਿੱਤੀ। ਅਤੇ ਇਹ ਸਿਦਕ ਦਾ ਇਮਤਿਹਾਨ ਗੁਰੂ ਦਸਮ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ 7 ਸਾਲ ਸੀ, 7.25 ਸਾਲ ਦੀ ਉਮਰ ਸੀ, ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੀ ਉਮਰ ਉਸ ਵੇਲੇ 9 ਸਾਲ ਦੀ ਸੀ। ਇਸ ਕਠਿਨ ਪ੍ਰੀਖਿਆ ਵਿੱਚੋਂ ਗੁਰੂ ਜੀ ਦੇ ਸਾਹਿਬਜ਼ਾਦੇ ਨੂੰ ਹੀ ਗੁਜ਼ਰਨਾ ਪਿਆ, ਔਰ ਉਹਨਾਂ ਨੇ ਆਪਣੇ ਸਿਦਕ 'ਤੇ ਜਿਸ ਬੇਬਾਕੀ, ਜਿਸ ਲਾਸਾਨੀ ਢੰਗ ਦੇ ਨਾਲ ਔਰ ਜਿਸ ਸਿਦਕ ਦੇ ਨਾਲ ਉਹਨਾਂ ਨੇ ਪਹਿਰਾ ਦਿੱਤਾ, ਇਹਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਮੈਂ ਸਮਝਦਾ ਕਿ ਜਦੋਂ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨੂੰ ਮੁਰਿੰਡੇ ਦੇ ਲਾਗੇ ਪਿੰਡ ਸਹੇੜੀ, ਜੋ ਗੰਗੂ ਰਸੋਈਏ ਦਾ ਪਿੰਡ ਹੈ, ਉੱਥੋਂ ਮੁਰਿੰਡੇ ਦੇ ਕੁਤਵਾਲ ਨੇ ਜਦੋਂ ਸੂਹ ਦਿੱਤੀ ਗੰਗੂ ਰਸੋਈਏ ਨੇ ਜਾ ਕੇ ਕਿ ਗੁਰੂ ਜੀ ਦੇ ਲਾਲ ਔਰ ਗੁਰੂ ਜੀ ਦੇ ਮਾਤਾ ਜੀ ਮੇਰੇ ਪਾਸ ਠਹਿਰੇ ਹੋਏ ਨੇ, ਜੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਗ੍ਰਿਫਤਾਰ ਕਰ ਲਓ। ਉਹਨਾਂ ਭੁੱਖਣ ਭਾਣੇ ਬੱਚਿਆਂ ਨੂੰ, ਮਾਤਾ ਜੀ ਨੂੰ, ਜਿਹੜੇ ਉਸ ਤੋਂ ਪਹਿਲਾਂ ਵੀ ਬੜੇ ਕਸ਼ਟ ਵਿੱਚੋਂ ਗੁਜ਼ਰੇ ਸਨ, ਪਰਿਵਾਰ ਦਾ ਵਿਛੋੜਾ ਜਦੋਂ ਸਰਸਾ ਦੇ ਕੰਢੇ 'ਤੇ ਹੋਇਆ, ਜਿਸ ਨਾਮਾਕੂਲ ਹਾਲਾਤ ਵਿੱਚ ਬੱਚਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਗੰਗੂ ਦੇ ਘਰ ਪਹੁੰਚੇ, ਉਹ ਵੀ ਵਿਥਿਆ ਜੇ ਬਿਆਨ ਕਰਾਂ ਤਾਂ ਉਹ ਵੀ ਬੜਾ ਦਰਦਨਾਕ ਸਫ਼ਰ ਹੈ। ਲੇਕਿਨ ਜਦੋਂ ਗ੍ਰਿਫਤਾਰੀ ਹੋਈ ਤਾਂ ਉਹਨਾਂ ਨੂੰ ਮੁਰਿੰਡੇ ਦੇ ਥਾਣੇ ਵਿੱਚ ਲੈ ਆਉਂਦਾ, ਮੁਰਿੰਡੇ ਦੇ ਕੁਤਵਾਲ ਨੇ ਸੂਬਾ ਸਰਹੰਦ ਨੂੰ ਸੂਚਨਾ ਦਿੱਤੀ ਵਜੀਦ ਖਾਨ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਔਰ ਉਹਨਾਂ ਦੇ 2 ਛੋਟੇ ਸਾਹਿਬਜ਼ਾਦੇ ਅਸੀਂ ਹਿਰਾਸਤ ਵਿੱਚ ਲੈ ਲਏ ਨੇ। ਸੂਬਾ ਸਰਹੰਦ ਨੇ ਕਹਿਰ ਵਿੱਚ ਆ ਕੇ ਹੁਕਮ ਕੀਤਾ ਕਿ ਉਹਨਾਂ ਨੂੰ ਮੇਰੀ ਅਦਾਲਤ ਵਿੱਚ ਪੇਸ਼ ਕੀਤਾ ਜਾਏ। ਸਰਹੰਦ ਤੋਂ ਮੁਰਿੰਡੇ ਦਾ ਜਿਹੜੀ ਫਾਸਲਾ ਹੈ ਉਹ ਲਗਭਗ 12-14 ਕਿਲੋਮੀਟਰ ਬਣਦਾ ਹੈ। ਮੁਰਿੰਡੇ ਤੋਂ ਦੋਨਾਂ ਸਾਹਿਬਜ਼ਾਦਿਆਂ ਨੂੰ, ਹੁਣ ਤੁਸੀਂ ਸਾਰਾ ਮੰਜ਼ਰ ਆਪਣੇ ਸਾਹਮਣੇ ਲਿਆਓ ਕਿ 7 ਅਤੇ 9 ਸਾਲ ਦੇ 2 ਬੱਚੇ ਨੇ ਅਤੇ ਮਾਤਾ ਜੀ ਨੇ, ਉਹਨਾਂ ਨੂੰ ਪੈਦਲ ਤੋਰਿਆ ਜਾਂਦਾ। ਉਹਨਾਂ ਦੇ ਆਲੇ ਦੁਆਲੇ ਕੁਤਵਾਲ ਅਤੇ ਹੋਰ ਜਿਹੜੇ ਪੁਲਿਸ ਦੇ ਉਸ ਵੇਲੇ ਦੇ ਹਾਕਮ ਨੇ ਉਹ ਘੋੜੇ ਆਉਂਦੇ ਨੇ, ਬੱਚੇ ਪੈਦਲ ਤੁਰ ਰਹੇ ਨੇ। ਜੇ ਆਹਿਸਤਾ ਤੁਰਦੇ ਨੇ ਤਾਂ ਕੁਤਵਾਲ ਅਤੇ ਦੂਸਰੇ ਪੁਲਿਸ ਦੇ ਅਹਿਲਕਾਰ ਉਹਨਾਂ ਦੇ ਘੋੜੇ 'ਤੇ ਬੈਠੇ ਛਾਂਟੇ ਮਾਰਦੇ ਨੇ ਕਿ ਤੇਜ਼ ਤੁਰੋ। ਸੋ ਪੈਦਲ ਚਲਾ ਕੇ ਉਹਨਾਂ ਨੂੰ ਸਰਹੰਦ ਲਿਆਂਦਾ ਗਿਆ। ਸਵੇਰ ਦੇ ਤੁਰੇ, ਥੱਕੇ ਟੁੱਟੇ ਉਹ ਬੱਚੇ ਸਰਹੰਦ ਪਹੁੰਚੇ ਔਰ ਸੂਚਿਤ ਕੀਤਾ ਗਿਆ
ਵਜੀਦ ਖਾਨ ਨੂੰ ਕਿ ਸਰਹੰਦ ਲਿਆਂਦੇ ਗਏ ਨੇ, ਹਿਰਾਸਤ ਵਿੱਚ ਨੇ। ਅਤੇ ਸਰਹੰਦ ਜੇ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਜਾਓ, ਥੋੜ੍ਹੀ ਜਿਹੀ ਵਿੱਥ 'ਤੇ ਗੁਰਦੁਆਰਾ ਮਾਤਾ ਗੁਜਰੀ ਜੀ ਦਾ ਹੈ, ਜਿਸ ਨੂੰ ਠੰਡੇ ਬੁਰਜ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਠੰਡਾ ਬੁਰਜ ਉਸ ਵੇਲੇ ਦੇ ਬਾਦਸ਼ਾਹ ਨੇ ਗਰਮੀਆਂ ਦੇ ਦਿਨ ਵਿੱਚ ਆਰਾਮ ਕਰਨ ਦੇ ਵਾਸਤੇ ਉਸਾਰਿਆ ਸੀ। ਜੋ ਗਰਮੀਆਂ ਵਿੱਚ ਵੀ ਠੰਡਾ ਰਹਿੰਦਾ ਸੀ ਉਹ ਬੁਰਜ ਦੇ ਅੰਦਰ ਜਿਹੜੇ ਕਮਰੇ ਸੀ। ਬੱਚਿਆਂ ਨੂੰ ਇਹ ਹੁਕਮ ਕੀਤਾ ਗਿਆ ਕਿ ਇਹਨਾਂ ਨੂੰ ਪੋਹ ਦੇ ਮਹੀਨੇ 'ਚ, ਇਹ 11 ਪੋਹ ਦਾ ਜ਼ਿਕਰ ਹੈ, ਕਿ ਇਹਨਾਂ ਨੂੰ ਉਸ ਬੁਰਜ ਵਿੱਚ ਰੱਖਿਆ ਜਾਏ, ਉੱਪਰ ਵਾਲੇ ਕਮਰੇ 'ਚ, ਔਰ ਭੁੱਖਣ ਭਾਣੇ ਰੱਖਿਆ ਜਾਏ, ਓਡਣ ਨਾ ਦਿੱਤਾ ਜਾਏ, ਨਾ ਕੋਈ ਬਿਸਤਰ, ਨਾ ਕੋਈ ਬਸਤਰ, ਅਤੇ ਨਾ ਕੋਈ ਰਜਾਈ, ਨਾ ਅੰਨ, ਨਾ ਪਾਣੀ। ਦੇ ਵਰ ਟੇਕਨ ਟੂ ਦ ਬੁਰਜ, ਬੁਰਜ ਵਿੱਚ ਰੱਖੇ। ਹੁਣ ਤੁਸੀਂ ਆਪਣੇ ਤਸੱਵਰ 'ਚ ਲਿਆਓ ਕਿ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੀ ਦਾਦੀ ਨੂੰ ਉਸ ਰਾਤ ਕਿਹੜੇ ਕਿਹੜੇ ਸਵਾਲ ਕੀਤੇ ਹੋਣਗੇ। ਪੁੱਛਿਆ ਹੋਵੇਗਾ ਨਾ ਕਿ ਬਿਸਤਰ ਕਿਉਂ ਨਹੀਂ, ਬਸਤਰ ਕਿਉਂ ਨਹੀਂ, ਰੋਟੀ ਕਿਉਂ ਨਹੀਂ, ਪਾਣੀ ਕਿਉਂ ਨਹੀਂ ਦਿੱਤਾ ਜਾ ਰਿਹਾ, ਬੁਰਜ ਵਿੱਚ ਬੰਦ ਕਿਉਂ ਕੀਤਾ। ਇਹ ਸਵਾਲਾਂ ਦੇ ਜਵਾਬ ਮਾਤਾ ਗੁਜਰੀ ਜੀ ਨੇ ਕਿੰਝ ਦਿੱਤੇ ਹੋਣਗੇ, ਕੀ ਧਰਵਾਸ ਦਿੱਤਾ ਹੋਵੇਗਾ, ਇਸ ਦੀ ਕਲਪਨਾ ਕਰਨੀ ਹੀ ਮੁਸ਼ਕਿਲ ਹੈ। ਉਹ ਜਿਹੜਾ ਰਾਤ ਭਰ ਦਾ ਵਾਰਤਾਲਾਪ ਹੈ, ਸਵੇਰੇ ਤੜਕਸਾਰ ਇਹ ਸੁਨੇਹਾ ਆ ਜਾਂਦਾ ਕਿ ਅੱਜ ਇਹਨਾਂ ਨੂੰ ਸੂਬੇ ਦੀ ਅਦਾਲਤ ਵਿੱਚ ਪੇਸ਼ ਕਰਨਾ ਹੈ। ਮਾਤਾ ਜੀ ਤਿਆਰ ਬਰ ਤਿਆਰ ਕਰਕੇ ਵਾਰ ਵਾਰ ਉਹਨਾਂ ਨੂੰ ਇਹ ਪ੍ਰੇਰਨਾ ਦਿੰਦੇ ਨੇ ਕਿ ਵੇਖਿਓ ਸਿਦਕ ਤੋਂ ਆ ਰਹੇ ਹੋ ਤੁਸੀਂ, ਦਸ਼ਮੇਸ਼ ਦੀ ਲਾ ਲਓ, ਦਸ਼ਮੇਸ਼ ਦੇ ਨਾਂ ਨੂੰ ਲਾਜ ਨਾਲ ਪਾ ਦੇਣਾ। ਇਹ ਪ੍ਰੇਰਨਾ ਦਾਦੀ ਦਿੱਤੀ ਹੈ ਬੱਚਿਆਂ ਨੂੰ। 7 ਤੇ 9 ਸਾਲ ਦੇ ਬੱਚੇ ਦਾਦੀ ਨੂੰ ਭਰੋਸਾ ਦੇ ਕੇ ਜਾਂਦੇ ਨੇ ਕਿ ਸਿਦਕ ਤੋਂ ਨਹੀਂ ਆ ਰਹਾ, ਫਤਿਹ ਬੁਲਾ ਕੇ ਜਾਂਦੇ ਨੇ। ਉਹਨੇ ਕਿਹਾ ਜਾਂਦੇ ਹੀ ਸੂਬੇ ਨੂੰ ਫਤਿਹ ਗਜਾਉਣੀ ਹੈ। ਇੰਤਜ਼ਾਮ ਇਹ ਕੀਤਾ ਗਿਆ ਕਿ ਬੱਚਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਆਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬਾਰੀ ਥਾਈ ਨੰਘਾਇਆ ਗਿਆ। ਅਸੀਂ ਆਪਣੇ ਅੱਖੀਂ ਜਦੋਂ ਉੱਥੇ ਸਕੂਲ ਵਿੱਚ ਪੜ੍ਹਦੇ ਸਾਂ ਉਹ ਖਿੜਕੀ ਛੋਟੀ ਬਾਰੀ ਦੇਖੀ। ਮਕਸਦ ਇਹ ਸੀ ਕਿ ਜਦੋਂ ਉਹ ਉਸ ਖਿੜਕੀ ਵਿੱਚੋਂ ਲੰਘਣਗੇ ਤਾਂ ਉਹ ਪਹਿਲਾਂ ਸਿਰ ਅੱਗੇ ਕਰਨਗੇ ਅਤੇ ਉਹਨਾਂ ਦਾ ਸਿਰ ਜਿਹੜਾ ਹੈਗਾ ਆਪਣੇ ਆਪ ਹੀ ਵਜੀਦ ਖਾਨ ਵੱਲ ਨੂੰ ਝੁੱਕ ਜਾਏਗਾ ਅਤੇ ਸਜਦਾ ਹੋ ਜਾਏਗਾ। ਤੁਸੀਂ ਉਹਨਾਂ ਦੀ ਕੌਨਸ਼ੀਅਸਨੈਸ ਦੇਖੋ ਉਸ ਵੇਲੇ ਦੀ, ਕਿ ਬੱਚਿਆਂ ਨੇ ਸੀਸ ਝੁਕਾ ਕੇ ਅੱਗੇ ਕਰਨ ਦੀ ਬਜਾਏ ਪਹਿਲਾਂ ਆਪਣੇ ਪੈਰ ਅੱਗੇ ਕੀਤੇ, ਫਿਰ ਉਸ 'ਚੋਂ ਨਿਕਲੇ ਆਹਿਸਤਾ ਆਹਿਸਤਾ। ਇਹ ਸਾਰਾ ਜਿਹੜਾ ਮੰਜ਼ਰ ਸੀ ਇਹ ਵਜੀਦ ਖਾਨ ਸਾਹਮਣੇ ਉਸਦਾ ਮਸਨਦ ਤਖ਼ਤ ਲੱਗਿਆ ਸੀ, ਉਹ ਦੇਖ ਰਿਹਾ ਕਿ ਬੱਚੇ ਕਰ ਕੀ ਰਹੇ ਨੇ। ਆਉਂਦੇ ਹੀ ਜਦੋਂ ਸਿਪਾਹੀਆਂ ਨੇ ਵਜੀਦ ਖਾਨ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਅਤੇ ਦੋਨਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ 'ਤੇ ਵਜੀਦ ਖਾਨ ਕ੍ਰੋਧਵਾਨ ਹੋ ਉੱਠਿਆ। ਭੁੱਖਣ ਭਾਣੇ ਗੁਰੂ ਗੋਬਿੰਦ ਸਿੰਘ ਦੇ ਇਹ ਦੋ ਬਾਲ, ਇਹਨਾਂ ਦੀ ਇਹ ਜ਼ਰੂਰਤ, ਇਹ ਮੇਰੇ ਵੱਲ ਪਹਿਲਾਂ ਜੁੱਤੀ ਕਰਨ ਫਿਰ ਆ ਕੇ ਮੈਨੂੰ ਫਤਿਹ ਗਜਾਉਣ। ਅਤੇ ਪਹਿਲਾ ਹੁਕਮ ਉਹਨੇ ਚਾੜਿਆ ਵੀ ਪਹਿਲਾਂ ਇਹਨਾਂ ਨੂੰ ਖਮਚੇ ਮਾਰੇ ਜਾਣ। ਖਮਚੀ ਜਿਹੜੀ ਹੈ ਉਹ ਕਹਿੰਦੇ ਨੇ ਜਿਹੜੀ ਚਮੜੇ ਦਾ ਛਾਂਟਾ ਹੁੰਦਾ ਜੋ ਅਕਸਰ ਘੋੜਿਆਂ ਦੇ ਮਾਰਦੇ ਹਾਂ ਆਪਾਂ, ਘੋੜਿਆਂ ਨੂੰ ਚਾਬਕ ਜਿਸ ਨੂੰ ਅਸੀਂ ਕਹਿੰਦੇ ਹਾਂ। ਇਸ ਦਾ ਪਹਿਲਾਂ ਨਹੀਂ ਸੀ ਜ਼ਿਕਰ ਸੁਣਿਆ ਅਸੀਂ ਇਤਿਹਾਸ ਵਿੱਚ, ਮੈਂ ਇਤਿਹਾਸ ਦਾ ਵਿਦਿਆਰਥੀ ਹਾਂ। ਜਦੋਂ ਖੋਜ ਕੀਤੀ ਤਾਂ ਮੇਰੇ ਸਾਹਮਣੇ
ਬਾਬਾ ਦੁੱਨਾ ਸਿੰਘ ਹਡੂਰੀਆ ਜੋ ਗੁਰੂ ਦਸਮ ਪਾਤਸ਼ਾਹ ਹਜ਼ੂਰ ਦੇ ਸਮਕਾਲੀ ਸਨ ਔਰ ਉਹਨਾਂ ਦੇ ਵਾਕਿਆ ਨਵੀਸ ਸਨ। ਅਨੰਦਪੁਰ ਸਾਹਿਬ ਗੁਰੂ ਸਾਹਿਬ ਨਾਲ ਹੀ ਵਿਰਾਜਦੇ ਸਨ। ਅਨੰਦਪੁਰ ਛੱਡਣ ਵੇਲੇ ਗੁਰੂ ਸਾਹਿਬ ਨੇ ਬਾਬਾ ਦੁੱਨਾ ਸਿੰਘ ਹਡੂਰੀਏ ਨੂੰ ਇਹ ਆਦੇਸ਼ ਕੀਤਾ ਕਿ ਤੁਸੀਂ ਗੁਰੂ ਪੰਥ ਦੀ ਸੇਵਾ ਜਿਹੜੀ ਹੈ ਉਹ ਤਲਵਾਰ ਨਾਲ ਨਹੀਂ ਕਲਮ ਨਾਲ ਕਰਨੀ ਹੈ। ਹੁਣ ਬੜਾ ਕੁਝ ਵਾਪਰਨਾ ਹੈ, ਇਤਿਹਾਸ ਦਾ ਇੱਕ ਖਾਸ ਜਿਹੜਾ ਚੈਪਟਰ ਹੈ ਉਹ ਸ਼ੁਰੂ ਹੋਣ ਵਾਲਾ ਹੈ ਅਤੇ ਤੁਸੀਂ ਇਸਨੂੰ ਕਲਮ ਬੰਨ੍ਹਿਆ ਕਰਨਾ ਹੈ। ਅਤੇ ਬਾਬਾ ਦੁੱਨਾ ਸਿੰਘ ਹਡੂਰੀਆ ਦਸਮ ਪਾਤਸ਼ਾਹ ਦਾ ਹੁਕਮ ਮੰਨ ਕੇ ਉਹ ਉਹਨਾਂ ਦੇ ਕਾਫਲੇ ਤੋਂ ਥੋੜ੍ਹਾ ਦੂਰ ਰਹਿੰਦੇ ਸਨ ਅਤੇ ਉਹਨਾਂ ਨੇ ਇਹ ਸਾਰਾ ਇਤਿਹਾਸ ਕਲਮਬੰਦ ਕੀਤਾ। ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਉਸ ਦਿਨ ਉਹ ਸਰਹੰਦ ਵਿੱਚ ਮੌਜੂਦ ਸਨ। ਉਹਨਾਂ ਨੇ ਆਪਣੀ ਕਿਰਤ ਜਿਸ ਦਾ ਨਾਂ ਹੀ ਹੈ ਕਥਾ ਗੁਰੂ ਜੀ ਕੇ ਸੂਤਨ ਕੀ, ਉਹਦੇ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਕਿਉਂਕਿ ਉਹ ਸਮਕਾਲੀ ਸਨ, ਕਿਉਂਕਿ ਉਹ ਉਸ ਦਿਨ ਉੱਥੇ ਸਨ। ਇਸ ਲਈ ਉਹਨਾਂ ਦੇ ਨੈਰੇਟਿਵ ਨੂੰ ਅਸੀਂ ਸਭ ਤੋਂ ਅਥੈਂਟਿਕ ਮੰਨਦੇ ਹਾਂ। ਉਹ ਫਰਮਾਉਂਦੇ ਨੇ ਖਮਚੀ ਸਾਥ ਜੋ ਲੱਗੇ ਤਬੈ ਦੁੱਖ ਦੇਵਣ, ਖਮਚੀ ਦਾ ਭਾਵ ਹੈ ਛਾਂਟਾ। ਇਹ ਜੋ ਬਾਲਕ ਫੂਲ ਧੂਪ ਨਹੀਂ ਖੇਵਣ, ਇਹ ਜਿਹੜੇ ਬੱਚੇ ਨੇ ਇਹ ਤਾਂ ਫੁੱਲਾਂ ਵਰਗੇ ਨੇ, ਇਹ ਤਾਂ ਤੇਜ਼ ਧੁੱਪ 'ਚ ਵੀ ਕਮਲਾਉਣ ਵਾਲੇ ਨੇ। ਤਦ ਮਲੇਰੀਏ ਕਹਿਓ ਜੜਾ ਜੜਾਂ ਤੁਮ ਜਾਹੇ ਹੀ, ਇਹ ਮਾਸੂਮ ਹੈ ਬਾਲ ਦਿਖਾਵੋ ਨਾਹੇ ਹੀ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਜੋ ਉਸ ਵੇਲੇ ਮੌਜੂਦ ਸੀ ਸੂਬੇ ਦੀ ਕਚਹਿਰੀ ਵਿੱਚ, ਉਸਨੇ ਕਿਹਾ ਵੀ ਤੁਸੀਂ ਕਿਉਂ ਐਡਾ ਜ਼ੁਲਮ, ਜਦੋਂ ਉਹਨਾਂ ਦੇ ਚਾਬਕਾਂ ਮਾਰਨੀਆਂ ਸ਼ੁਰੂ ਕੀਤੀਆਂ, ਇਹ ਮਾਸੂਮ ਬੱਚਿਆਂ 'ਤੇ ਐਡਾ ਜ਼ੁਲਮ ਕਰ ਰਿਹਾ, ਤੇਰਾ ਕੁੱਲ ਨਾਸ ਹੋ ਜਾਏਗਾ, ਤੂੰ ਅੱਲਾ ਦੇ ਕਹਿਰ ਤੋਂ ਡਰ, ਇੰਜ ਨਾ ਕਰ। ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਸੂਬਾ ਸਰਹੰਦ ਸੀ ਉਹ ਬਾਜ ਨਹੀਂ ਆਇਆ। ਉਹਨੇ ਕਿਹਾ ਪੁੱਛੋ ਇਹਨਾਂ ਨੂੰ ਇੱਕ ਵਾਰ ਪਈ ਇਹ ਇਸਲਾਮ ਕਬੂਲ ਕਰਦੇ ਹਨ ਜਾਂ ਨਹੀਂ। ਬੱਚਿਆਂ ਨੇ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਕਚਹਿਰੀਆਂ ਵਿੱਚ ਹੀ ਸੂਬੇ ਦੀ ਅਦਾਲਤ ਦੇ ਵਿੱਚ ਇੱਕ ਪਿੱਪਲ ਦਾ ਦਰਖਤ ਸੀ, ਉਹਨਾਂ ਦੇ ਹੱਥ ਪਿੱਛੇ ਬੰਨ੍ਹ ਕੇ ਉਸ ਪਿੱਪਲ ਨਾਲ ਨੂੜ ਦਿੱਤਾ ਗਿਆ ਔਰ ਹੁਕਮ ਕੀਤਾ ਸੂਬੇ ਨੇ ਕਿ ਇਹਨਾਂ ਦੀਆਂ ਅੱਖਾਂ ਵਿੱਚ ਦੂਰ ਤੋਂ ਗੁਲੇਲ ਦੇ ਰਾਹੀਂ ਇਹਨਾਂ ਦੀਆਂ ਅੱਖਾਂ ਵਿੱਚ ਗੁਲੇਲੇ ਰੋੜੇ ਮਾਰੋ, ਤੀਰ ਵੀ ਚਲਾਓ। ਅਤੇ ਕਿਉਂਕਿ ਉਹ ਪਾਤਸ਼ਾਹ ਸੀ, ਉਸ ਉਹ ਗਵਰਨਰ ਸੀ, ਉਹਦਾ ਹੁਕਮ ਮੰਨ ਕੇ ਅਤੇ ਉਹਦੇ ਅਹਿਲਕਾਰਾਂ ਨੇ ਕੰਮ ਸ਼ੁਰੂ ਕੀਤਾ ਉਹਨਾਂ ਦੇ ਗੁਲੇਲਾਂ। ਇਹਦਾ ਜ਼ਿਕਰ ਵੀ ਬਾਬਾ ਦੁੱਨਾ ਸਿੰਘ ਹਡੂਰੀਆ ਕਰਦੇ ਨੇ ਕਿ ਰੱਜ ਕੇ ਪਾਏ ਰੱਜ ਕੋ ਪਾਏ ਪੀਪਲ ਬਾਂਧੇ, ਦੁਸ਼ਟ ਗੁਲੇਲੇ ਤੀਰ ਸੂ ਸਾਂਦੇ। ਦੁਸ਼ਟਾਂ ਨੇ ਗੁਲੇਲਾਂ ਵੀ ਮਾਰੀਆਂ ਅੱਖਾਂ ਵਿੱਚ, ਤੀਰ ਵੀ ਮਾਰੇ, ਹੱਥ ਨੂੜੇ ਹੋਏ ਨੇ ਪਿੱਛੇ ਸਾਹਿਬਜ਼ਾਦਿਆਂ ਦੇ। ਇਹ ਵੀ ਜ਼ਿਕਰ ਆਉਂਦਾ ਬੜਾ ਦਰਦਨਾਕ ਹੈ ਕਿ ਜਦੋਂ ਗੁਲੇਲਾਂ ਮਾਰ ਰਹੇ ਸੀ ਤਾਂ ਇੱਕ ਗੁਲੇਲ ਦਾ ਰੋੜਾ ਛੋਟੇ ਸਾਹਿਬਜ਼ਾਦੇ ਦੀ ਸੱਜੀ ਅੱਖ ਵਿੱਚ ਲੱਗਿਆ ਅਤੇ ਉਹ ਅੱਖ 'ਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਹੁਣ ਸਾਡੇ ਮੱਖੀ ਬੈਠ ਜੇ ਅੱਖ 'ਤੇ, ਕੋਈ ਚੀਜ਼ ਬੈਠ ਜੇ ਸਾਡੇ, ਅਸੀਂ ਦੋਵਾਂ ਹੱਥਾਂ ਨਾਲ ਉਸ ਨੂੰ ਉਡਾਉਂਦੇ। ਉਹਨਾਂ ਨੂੰ ਇਹ ਵੀ ਨਸੀਬ ਨਹੀਂ ਹੋਏ। ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਜਿੰਨੇ ਵੀ ਲੋਕ ਉੱਥੇ ਮੌਜੂਦ ਸੀ ਕੋਈ ਇਸ ਗੱਲ ਨੂੰ ਐਪਰੀਸ਼ੀਏਟ ਤਾਂ ਕਰ ਨਹੀਂ ਸੀ ਰਿਹਾ। ਜਿਹੜੇ ਲੋਕ ਮੌਜੂਦ ਸੀ ਉਹਨਾਂ ਨੇ ਵੀ ਕਿਹਾ ਭਈ ਹੁਣ ਬਸ ਕਰੋ, ਬਹੁਤ ਹੋ ਗਿਆ। ਸਾਰਿਆਂ ਦੇ ਕਹਿਣ 'ਤੇ ਫਿਰ ਉਹਨਾਂ ਦੇ ਹੱਥ ਖੋਲ੍ਹੇ। ਕੁਦਰਤੀ ਸੀ ਜਦੋਂ ਬੰਨੇ ਹੱਥ ਖੋਲ੍ਹੇ ਅਤੇ ਛੋਟੇ ਸਾਹਿਬਜ਼ਾਦੇ ਦਾ ਹੱਥ ਅੱਖ 'ਤੇ ਗਿਆ, ਜਿਹੜੀ ਅੱਖ 'ਚੋਂ ਖੂਨ ਵਗ ਰਿਹਾ ਸੀ। ਉਹ ਇਸ ਤਰ੍ਹਾਂ ਅੱਖ ਮਲਦੇ ਮਲਦੇ ਅਤੇ ਸਿਪਾਹੀਆਂ ਨੇ ਉਹਨਾਂ ਨੂੰ ਜ਼ੋਰ ਨਾਲ ਫੜਿਆ ਅਤੇ ਲਿਆ ਕੇ ਸੂਬੇ ਦੇ ਸਾਹਮਣੇ ਖੜ੍ਹੇ ਕਰ ਦਿੱਤੇ। ਸੂਬੇ ਨੂੰ ਖਿਆਲ ਸੀ ਵੀ ਹੁਣੇ ਟੁੱਟ ਚੁੱਕੇ ਨੇ, ਹੁਣੇ ਹਾਰ ਚੁੱਕੇ ਨੇ, ਹੁਣ ਇਹ ਇਸਲਾਮ ਕਬੂਲ ਕਰ ਲੈਣਗੇ।
ਉਹਨੇ ਫਿਰ ਉਹਨਾਂ ਨੂੰ ਨੇੜੇ ਕਰਕੇ ਇੱਕ ਵਾਰ ਕੜਕਵੀਂ ਆਵਾਜ਼ 'ਚ ਕਿਹਾ, ਭਈ ਹੁਣ ਤਾਂ ਮੁਸਲਮਾਨ ਬਣੋਗੇ ਨਾ, ਤੁਸੀਂ ਹੈਰਾਨ ਹੋਵੋਗੇ ਕਿ ਬਾਬਾ ਫਤਿਹ ਸਿੰਘ ਜਿਨ੍ਹਾਂ ਦਾ ਇੱਕ ਹੱਥ ਅੱਖ 'ਤੇ ਰੱਖਿਆ ਸੀ ਅਤੇ ਨਾਲ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਨੇ ਆਪਣਾ ਇੱਕ ਹੱਥ ਫਤਿਹ ਸਿੰਘ ਦੇ ਮੋਢੇ 'ਤੇ ਰੱਖਿਆ, ਦੋਵਾਂ ਨੇ ਸਿਰ ਮਾਰ ਦਿੱਤਾ, ਇਸਲਾਮ ਨਹੀਂ ਕਬੂਲਾ। ਜਦੋਂ ਉਹਨਾਂ ਨੇ ਜ਼ੋਰ ਨਾਲ ਇਨਕਾਰ ਕੀਤਾ ਤਾਂ ਕਹਿਰਵਾਨ ਹੋਏ ਸੂਬੇ ਨੇ ਉਸੇ ਵੇਲੇ ਕਿਹਾ ਕਿ ਇਹਨਾਂ ਨੂੰ ਜ਼ਿੰਦੇ ਨੀਹਾਂ 'ਚ ਦਿਓ। ਜਿਸ ਥੜੇ 'ਤੇ ਉਸਦਾ ਮਸਨਦ ਲੱਗਿਆ ਸੀ, ਬੈਠਾ ਸੀ, ਉੱਥੇ ਹੀ ਇੱਟਾਂ ਮੰਗਵਾਈਆਂ ਗਈਆਂ, ਉਸੇ ਵੇਲੇ ਕਾਰਵਾਈ ਸ਼ੁਰੂ ਹੋ ਗਈ। ਉਸ ਥੜੇ ਦੇ ਨਾਲ ਹੀ ਇੱਕ ਉਹਦੇ ਨਾਲ ਖੜ੍ਹੇ ਕਰਕੇ ਦੀਵਾਰ ਜਿਹੜੀ ਸੀ ਬੱਚਿਆਂ ਨੂੰ ਚਿੜਨਾ ਸ਼ੁਰੂ ਕਰਤਾ, ਕਿਉਂਕਿ ਸੱਜੇ ਖੱਬੇ ਕੋਈ ਹੋਰ ਉਸਨੂੰ ਦੀਵਾਰ ਨੂੰ ਓਟ ਨਹੀਂ ਸੀ, ਜਾਂ ਜਦ ਬੱਚਿਆਂ 'ਤੇ ਦੀਵਾਰ ਚਿਣੀ ਜਾ ਰਹੀ ਸੀ ਕੁਦਰਤੀ ਆ, ਉਹਨਾਂ ਦਾ ਸਰੀਰ ਥੋੜ੍ਹੀ ਬਹੁਤ ਹਰਕਤ 'ਚ ਆਉਂਦਾ ਸੀ, ਕੱਚੀ ਗਾਰੇ ਦੀ ਦੀਵਾਰ ਸੀ, ਉਹ ਦੋ ਤਿੰਨ ਵਾਰ ਡਿੱਗੀ। ਤਾਂ ਫਿਰ ਕਿਸੇ ਨੇ ਚੁਗਲੀ ਕੀਤੀ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਾਮਾਤ ਆ, ਇਹ ਦੀਵਾਰ ਚਿਣੀ ਨਹੀਂ ਜਾਣੀ, ਜਿੰਨੀ ਵਾਰ ਮਰਜ਼ੀ ਚਿਣ ਲਓ, ਅਤੇ ਇਹਨਾਂ ਦਾ ਕੰਮ ਉੱਦਾਂ ਹੀ ਤਮਾਮ ਕਰ ਦਿਓ। ਅਤੇ ਉਸ ਤੋਂ ਬਾਅਦ ਸੂਬੇ ਨੇ ਕਿਹਾ ਕਿ ਇਹਨਾਂ ਦੇ ਸਿਰ ਜਿਹੜੇ ਨੇ ਉਹ ਕਟਾਰ ਦੇ ਨਾਲ, ਤਲਵਾਰ ਦੇ ਨਾਲ ਸੀਸ ਤੋਂ ਜੁਦਾ ਕਰੋ। ਜਲਾਦ ਬੁਲਾਇਆ ਗਿਆ, ਉਹਨੂੰ ਕਿਹਾ ਵੀ ਇਹਨਾਂ ਦੇ ਸਿਰ ਵੱਢਣੇ ਨੇ ਸਾਹਿਬਜ਼ਾਦਿਆਂ ਦੇ। ਉਸ ਜਲਾਦ ਨੇ ਕਿਹਾ ਮੇਰੀਆਂ ਅੱਖਾਂ ਬੰਨ ਦਿਓ ਪਹਿਲਾਂ, ਫਿਰ ਸਾਹਿਬਜ਼ਾਦਿਆਂ 'ਤੇ ਵਾਰ ਕਰਾਂਗਾ। ਉਹਨੂੰ ਪੁੱਛਿਆ ਵਜੀਦ ਖਾਨ ਨੇ ਕਿ ਤੂੰ ਗੁਰੂ ਗੋਬਿੰਦ ਸਿੰਘ ਤੋਂ ਡਰ ਗਿਆ, ਤੂੰ ਉਹਦੇ ਪੁੱਤਰਾਂ ਨੂੰ ਸ਼ਹੀਦ ਕਰਨ 'ਤੇ ਕਹਿਣਾ ਮੇਰੀਆਂ ਅੱਖਾਂ ਬੰਨ ਦਿਓ। ਉਹ ਕਹਿਣ ਲੱਗਾ ਮੈਂ ਐਡਾ ਜ਼ੁਲਮ ਅੱਖੀਂ ਦੇਖ ਕੇ ਨਹੀਂ ਕਰ ਸਕਦਾ। ਅਤੇ ਉਹਨੇ ਕਿਹਾ ਇਹਨੂੰ ਤਹਿਖਾਨੇ 'ਚ ਸੁੱਟ ਦਿਓ ਅਤੇ ਇਹਦਾ ਵੀ ਹਸ਼ਰ ਇਹੀ ਕਰਾਂਗੇ। ਹੀ ਵਾਜ਼ ਅਰੈਸਟਡ ਐਂਡ ਲੇਟਰ ਕਿਲਟ। ਫਿਰ ਦੂਸਰਾ ਜਲਾਦ ਬੁਲਾਇਆ ਗਿਆ, ਉਸ ਤੋਂ ਸਾਹਿਬਜ਼ਾਦਿਆਂ ਦੇ ਸਿਰ ਜਿਹੜੇ ਸੀ ਉਹ ਕਟਾਰ ਨਾਲ ਜੁਦਾ ਕੀਤੇ ਗਏ। ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸਨ, ਕਿਉਂਕਿ ਕੁੱਟੇ ਮਾਰੇ ਇੰਨੇ ਸੀ। ਔਰ ਉਹਨਾਂ ਦੀ ਇਸ ਸ਼ਹਾਦਤ ਦਾ ਜਿਹੜਾ ਜ਼ਿਕਰ ਉਸ ਵੇਲੇ ਦਾ, ਜੋ ਉਹਨਾਂ ਨੇ ਜਦੋਂ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਸੀਸ ਜਿਹੜੇ ਸੀ ਉਹ ਕਟਾਰ ਨਾਲ ਜੁਦਾ ਕੀਤੇ ਗਏ, ਉਹਦਾ ਜ਼ਿਕਰ ਜੋ ਭਾਈ ਕੇਸਰ ਸਿੰਘ ਛਿੱਬਰ ਹੋਰਾਂ ਦਾ ਬੰਸਾਵਲੀ ਨਾਮਾ ਹੈ, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ, ਉਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿ 9 ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਬਹੇ, ਉਹਨਾਂ ਦੀ ਉਮਰ ਦਾ ਜ਼ਿਕਰ ਕਰਦੇ ਨੇ। 7.5 ਸਾਲ ਅਵਸਥਾ ਫਤਿਹ ਸਿੰਘ ਜੀ ਲਏ, ਉਹ 7.5 ਸਾਲ ਦੀ ਤਕਰੀਬਨ ਉਮਰ ਸੀ। ਜ਼ੋਰਾਵਰ ਸਿੰਘ ਦੇ ਪ੍ਰਾਣ ਖੰਡੇ ਨਾਲ ਬੇਗ ਛੂਟ ਗਏ। ਜਦੋਂ ਬਾਬਾ ਜ਼ੋਰਾਵਰ ਸਿੰਘ ਦਾ ਸੀਸ ਧੜ ਨਾਲ ਜੁਦਾ ਕੀਤਾ ਗਿਆ, ਉਹ ਤੁਰੰਤ ਜੋਤੀ ਜੋਤ ਸਮਾ ਗਏ। ਅੱਧੀ ਘੜੀ ਫਤਿਹ ਸਿੰਘ ਜੀ ਚਰਨ ਮਾਰਦੇ ਰਹੇ ਔਰ ਤੜਪਦੇ ਰਹੇ। ਬਾਬਾ ਫਤਿਹ ਸਿੰਘ ਅੱਧੀ ਘੜੀ ਤੱਕ ਸੀਸ ਕੱਟ ਜਾਣ ਤੋਂ ਬਾਅਦ ਪੈਰ ਮਾਰਦੇ ਰਹੇ, ਤੜਫਦੇ ਰਹੇ। ਅੱਧੀ ਘੜੀ ਦਾ ਭਾਵ ਹੈ ਲਗਭਗ 13-14 ਮਿੰਟ। ਉਸ ਤੋਂ ਬਾਅਦ ਉਹਨਾਂ ਦਾ ਸਰੀਰ ਠੰਡਾ ਹੋ ਗਿਆ। ਬੜੇ ਦਰਦਨਾਕ ਮੰਜ਼ਰ ਹੈ, ਬੜਾ ਦਰਦਨਾਕ ਵਾਕਿਆਤ ਹਨ। ਇਹਨਾਂ ਨੂੰ ਕੋਈ ਵੀ ਮਨੁੱਖ ਸਧਾਰਨ ਅਵਸਥਾ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਇਹ ਸਮਝਦਾ ਹਾਂ ਕਿ ਇਹ ਸਿੱਖੀ ਸਿਦਕ ਦੇ ਕਠਨ ਇਮਤਿਹਾਨ ਦੇ ਮਾਸੂਮ ਸਾਹਿਬਜ਼ਾਦੇ ਜਿਹੜੇ ਨੇ ਉਹ ਸਭ ਤੋਂ ਛੋਟੀ ਉਮਰ ਦੇ ਪ੍ਰੀਖਿਆਰਥੀ ਸਨ।
ਔਰ ਉਹ ਵੱਡੀ ਮੈਰਿਟ ਨਾਲ ਇਸ ਸਿਦਕ ਦੀ ਪ੍ਰੀਖਿਆ ਵਿੱਚੋਂ ਪਾਸ ਹੋਏ। ਜਿਸ ਜਿਨ੍ਹਾਂ ਥਾਵਾਂ 'ਤੇ ਸੂਬਾ ਸਰਹੰਦ ਦੇ ਮਹਿਲ ਸੀ ਉੱਥੇ ਹੋ ਗਏ। ਅੱਜ ਉਹਨਾਂ ਥੇਹਾਂ ਨੂੰ ਪੁਲਿਸ ਦੇ ਬੂਟ ਲਤਾੜਦੇ ਹਨ, ਉੱਥੇ ਪੁਲਿਸ ਦਾ ਕੈਂਪ ਹੁੰਦਾ ਹੈ। ਔਰ ਜਿਸ ਥਾਂ 'ਤੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ ਉਸ ਥਾਂ 'ਤੇ ਸਿੰਘ ਸਭਾ ਸੱਜਦੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ 11, 12, 13 ਪੋਹ 3 ਦਿਨ ਸਜਦਾ ਕਰਨ ਵਾਸਤੇ ਉੱਥੇ ਜੁੜਦੇ ਹਨ। ਪਰ 300 ਸਾਲਾਂ ਦੇ ਨਾਲ ਨਾਲ ਮੈਂ ਸਮਝਦਾ ਸਾਡੇ ਮਨਾਂ ਵਿੱਚੋਂ ਇਸ ਤੇਜ਼ ਤਰਾਰ ਯੁੱਗ ਵਿੱਚ ਅਸੀਂ ਗੁਰੂ ਦਸਮ ਪਾਤਸ਼ਾਹ ਦੇ ਨਾਮ ਲੇਵਾ ਸਿਦਕ ਤੋਂ ਵੀ ਹਾਰੇ ਹਾਂ ਅਤੇ ਉਸ ਦਰਦ ਦੀ ਸ਼ਿੱਦਤ ਵੀ ਸਾਡੇ ਸਲੀਕਿਆਂ ਵਿੱਚੋਂ ਘਟਦੀ ਅਤੇ ਗੈਪ ਹੁੰਦੀ ਜਾ ਰਹੀ। ਅੱਜ ਦੇਖ ਰਹੇ ਹਾਂ ਕਿ ਉੱਥੇ ਖੇਡ ਮੇਲੇ ਹੁੰਦੇ ਨੇ, ਕਬੱਡੀ ਦੇ ਮੈਚ ਹੁੰਦੇ ਨੇ, ਫੁੱਟਬਾਲ ਦੇ ਮੈਚ ਹੁੰਦੇ ਨੇ, ਲੰਗਰਾਂ ਵਿੱਚ ਅਨਾਊਂਸਮੈਂਟ ਹੁੰਦੀ ਹੈ, ਲੱਡੂ ਜਲੇਬੀਆਂ ਦਾ ਲੰਗਰ ਹੈ, ਸਾਧ ਸੰਗਤ ਛੱਕ ਕੇ ਜਾਓ, ਇੱਥੇ ਬਦਾਮਾਂ ਵਾਲੀ ਖੀਰ ਵਰਤਾਈ ਜਾ ਰਹੀ ਹੈ। ਸਿਆਸਤਦਾਨ ਆਪਣੀਆਂ ਆਪਣੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਕਰਦੇ, ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਹਨ, ਠੀਕ ਉਸ ਸਮੇਂ ਜਿਸ ਵੇਲੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਰਹੇ ਹੁੰਦੇ ਨੇ। ਅਸੀਂ ਬੜੀ ਖੋਜ ਤੋਂ ਬਾਅਦ ਉਹ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ ਕਿ ਕਿਸ ਵੇਲੇ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋਏ। ਇਹ ਕੋਈ ਸਵੇਰੇ 10 ਤੋਂ 11:15 ਵਜੇ ਤੱਕ ਦਾ ਟਾਈਮ ਬਣਦਾ, 12 ਪੋਹ ਦਾ, ਕੁਛ ਵਕਤ 'ਤੇ ਲਿਆ ਕੇ ਉਹਨਾਂ ਨੂੰ ਤਸੀਹੇ ਦੇ ਕੇ 11 ਵਜੇ 11:15 ਵਜੇ ਸ਼ਹੀਦ ਕਰਤਾ ਸੀ ਨੀਹਾਂ ਚਿਣ ਤੋਂ ਬਾਅਦ। ਮੈਂ ਜਦੋਂ ਦੂਜੇ ਇਤਿਹਾਸ ਵਿੱਚ, ਦੂਸਰੀਆਂ ਕੌਮਾਂ ਦੇ ਇਤਿਹਾਸ ਵਿੱਚ ਨਜ਼ਰ ਮਾਰਦਾ, ਮੁਸਲਮਾਨਾਂ ਦੇ, ਇਸਲਾਮ ਦੇ ਇਤਿਹਾਸ ਵਿੱਚ ਇਹ ਜਿਹੜਾ ਤਾਜ਼ੀਆ ਕੱਢਦੇ ਨੇ, ਰਮਜ਼ਾਨ ਦਾ ਜਿਹੜਾ ਮਹੀਨਾ ਹੈ, ਇਹ ਉਹਨਾਂ ਦੇ ਇਤਿਹਾਸ ਵਿੱਚ ਵੀ ਅੰਤਾਂ ਦੀ ਉਦਾਸੀ ਦਾ ਮਹੀਨਾ ਹੈ। ਰਮਜ਼ਾਨ ਦੇ ਮਹੀਨੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਅਰੋਨਾ ਦੇ ਅੱਗੋਂ ਸਾਹਿਬਜ਼ਾਦੇ, ਉਹਨਾਂ ਨੂੰ ਭੁੱਖੇ ਰੱਖ ਕੇ, ਪਿਆਸੇ ਰੱਖ ਕੇ ਸ਼ਹੀਦ ਕੀਤਾ ਗਿਆ ਸੀ ਕਰਬਲਾ ਦੇ ਮੈਦਾਨ ਵਿੱਚ, ਇਸ ਗੱਲ ਨੂੰ ਕੋਈ 1340 ਜਾਂ 1342 ਸਾਲ ਹੋ ਗਏ ਨੇ। ਅੱਜ ਵੀ ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮਾਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਔਰ ਉਹਨਾਂ ਦੇ ਨਿਵਾਸੇ, ਉਹਨਾਂ ਨੂੰ ਚੇਤੇ ਕਰਕੇ ਤਾਜ਼ੀਆ ਕੱਢਦੇ ਹਨ, ਆਪਣੀਆਂ ਛਾਤੀਆਂ ਕੁੱਟ ਕੁੱਟ ਕੇ ਖੂਨ ਕੱਢ ਲੈਂਦੇ ਹਨ। ਇਸ ਮਹੀਨੇ ਵਿੱਚ ਕੋਈ ਲਜ਼ੀਜ਼ ਪਕਵਾਨ ਨਹੀਂ ਬਣਦੇ। ਇਸਲਾਮ ਨੂੰ ਮੰਨਣ ਵਾਲੀਆਂ ਔਰਤਾਂ ਭੜਕੀਲੇ ਕੱਪੜੇ ਨਹੀਂ ਪਹਿਨਦੀਆਂ, ਕਾਲਾ ਲਿਬਾਸ ਪਹਿਨਦੀਆਂ ਹਨ, ਕਾਲੇ ਦੁਪੱਟੇ ਪਹਿਨਦੀਆਂ ਹਨ। ਔਰ ਉਸ ਦਿਨ, ਜਿਸ ਦਿਨ ਇਹ ਬੱਚੇ ਸ਼ਹੀਦ ਹੋਏ, ਉਹ ਆਪਣੀਆਂ ਚੂੜੀਆਂ ਤੋੜ ਦਿੰਦੀਆਂ ਹਨ ਔਰ ਉਦੋਂ ਤੱਕ ਤੋੜਦੀਆਂ ਹਨ ਜਦ ਤੱਕ ਉਹਨਾਂ ਚੂੜੀਆਂ ਵਿੱਚੋਂ ਖੂਨ ਨਹੀਂ ਨਿਕਲਦਾ ਬਾਹਾਂ ਵਿੱਚੋਂ। ਉਸ ਖੂਨ ਦੇ ਨਾਲ ਉਹ ਸ਼ਹੀਦਾਂ ਨੂੰ ਨਜ਼ਰਾਨਾ ਪੇਸ਼ ਕਰਦੇ ਹਨ। ਇਸੇ ਤਰ੍ਹਾਂ ਉਹਨਾਂ ਦੇ ਦੂਸਰੇ ਨਵਾਈ ਛਾਤੀਆਂ ਕੁੱਟਦੇ, ਛਾਤੀਆਂ ਵਿੱਚੋਂ ਖੂਨ ਕੱਢ ਲੈਂਦੇ ਹਨ, ਉਹ ਖੂਨ ਦਾ ਨਜ਼ਰਾਨਾ ਪੇਸ਼ ਕਰਦੇ ਹਨ। ਲਗਭਗ 1340 ਸਾਲ ਹੋ ਗਏ, ਸਾਡੇ ਸ਼ਹੀਦਾਂ ਨੂੰ 300 ਸਾਲ ਹੋਏ ਨੇ। ਅਸੀਂ 325 ਸਾਲ 'ਚ ਸਭ ਕੁਝ ਭੁਲਾ ਦਿੱਤਾ। ਮੈਂ ਇਸ ਕਰਕੇ ਬਿਆਨ ਕਰ ਰਿਹਾ ਬਈ ਕਿ ਕਦੇ ਅਸੀਂ ਇਹ ਦਸੰਬਰ ਦੇ ਮਹੀਨੇ ਵਿੱਚ 1 ਪੋਹ ਤੋਂ 13 ਪੋਹ ਤੱਕ ਜਿਨ੍ਹਾਂ ਦੀਵਾਰਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਕਦੇ ਉਹਨਾਂ ਇੱਟਾਂ ਦਾ ਬੋਝ ਆਪਣੀ ਛਾਤੀ 'ਤੇ ਮਹਿਸੂਸ ਕੀਤਾ ਹੈ। ਤੁਹਾਡੇ ਬੱਚਿਆਂ ਨੂੰ ਲਿਟਾ ਕੇ ਕੋਈ 4 ਇੱਟਾਂ ਉਹਨਾਂ ਦੀ ਛਾਤੀ 'ਤੇ ਰੱਖ ਦੇਵੇ, ਤੁਸੀਂ ਕਿੰਨਾ ਕੁ ਚਿਰ ਦੂਰ ਬਹਿ ਕੇ ਵੇਖੋਗੇ? ਸਾਡੇ ਬੱਚੇ ਦੀ ਅੱਖ 'ਚ ਕੋਈ ਤੀਲਾ ਪੈ ਜੇ
ਅਸੀਂ ਲਹੂ ਲੁਹਾਣ ਹੋ ਜਾਂਦੇ ਤੇ ਗੁਰੂ ਸਾਹਿਬ ਦੇ ਬੱਚਿਆਂ ਨਾਲ ਕੀ ਕੁਛ ਹੋਇਆ ਇਹ ਅਸੀਂ ਕਦੇ ਵੀ ਆਪਣੇ ਤਸੱਵਰ ਵਿੱਚ ਨਹੀਂ ਲਿਆਂਦਾ। ਇਸ ਲਈ ਮੈਂ ਸਾਰੀ ਸਿੱਖ ਕੌਮ ਨੂੰ, ਹਰ ਦਰਦਮੰਦ ਇਨਸਾਨ ਨੂੰ, ਜਿੱਥੇ ਵੀ ਕਿਤੇ ਕੋਈ ਸੰਸਾਰ ਦੇ ਕੋਨੇ ਵਿੱਚ ਬੈਠਾ, ਉਹਨਾਂ ਨੂੰ ਬਹੁਤ ਦਰਦ ਨਾਲ ਅਪੀਲ ਕਰਨੀ ਚਾਹੁੰਦਾ, ਜੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਉਹਨਾਂ ਦੀ ਅਜ਼ਮਤ ਨਾਲ ਜੁੜੇ ਹੋਏ ਨੇ, ਦੋ ਤਿੰਨ ਫੈਸਲੇ ਜ਼ਰੂਰ ਕਰੋ। ਇੱਕ ਤਾਂ ਇਹ ਤਿੰਨਾਂ ਦਿਨਾਂ ਵਿੱਚ ਕੋਈ ਵੀ ਗੁਰੂ ਨਾਨਕ ਨਾਮ ਲੇਵਾ, ਕੋਈ ਸਿੱਖ ਜੋ ਗੁਰੂ ਸਾਹਿਬ ਨੂੰ ਮੰਨਦਾ ਹੈ, ਉਹ ਇਹਨਾਂ ਤਿੰਨਾਂ ਦਿਨਾਂ ਵਿੱਚ ਕੋਈ ਸ਼ਾਦੀ ਜਾਂ ਸ਼ਗਨਾਂ ਦਾ ਤਿਉਹਾਰ ਨਾ ਮਨਾਏ। ਸਾਦਾ ਭੋਜਨ ਕਰੋ, ਸਾਦੇ ਲਿਬਾਸ 'ਚ ਰਹੋ। ਅਸੀਂ ਤਾਂ ਇਹਨਾਂ ਦਿਨਾਂ 'ਚ ਜ਼ਮੀਨ 'ਤੇ ਸੌਂਦੇ ਹਾਂ, ਅਸੀਂ ਪਲੰਗਾਂ 'ਤੇ ਨਹੀਂ ਸੌਂਦੇ, ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਾਂ, ਸਾਦਾ ਭੋਜਨ ਬਣਾਉਂਦੇ ਹਾਂ। ਕੋਸ਼ਿਸ਼ ਕਰੋ ਇਹਨਾਂ ਦਿਨਾਂ ਵਿੱਚ ਸ਼ਰਾਬ ਦਾ ਸੇਵਨ ਨਾ ਕਰੋ, ਮੀਟ ਮਾਸ ਮੱਛੀ ਇਹਨਾਂ ਚੀਜ਼ਾਂ ਸਾਰੀਆਂ ਤੋਂ ਪਰਹੇਜ਼ ਕਰੋ। ਸਾਦਗੀ ਔਰ ਅਦਬ ਦੇ ਨਾਲ ਸਾਹਿਬਜ਼ਾਦਿਆਂ ਦੀ ਜੋ ਮਹਾਨ ਸ਼ਹਾਦਤ ਹੈ ਉਸ ਪ੍ਰਤੀ ਆਪਣੀ ਅਕੀਦਤ ਦਾ ਇਜ਼ਹਾਰ ਕਰਦੇ, ਅਕੀਦਤ ਦਾ ਨੂੰ ਪੁਨਰ ਸਮਰਪਿਤ ਹੁੰਦੇ, ਸਾਡਾ ਜੋ ਜੀਵਨ ਜਿਉਣ ਦਾ ਢੰਗ ਹੈ, ਸਲੀਕਾ ਹੈ, ਉਹਦੇ ਵਿੱਚ ਥੋੜ੍ਹੀ ਬਹੁਤ ਤਬਦੀਲੀ ਕਰੀਏ। ਜੋ ਗੋਬਿੰਦ ਦੇ ਲਾਲ ਸਾਡੇ ਲਈ ਕਰ ਗਏ, ਦੁਨੀਆ 'ਤੇ ਕੋਈ ਉਦਾਹਰਣ ਹੋਰ ਨਹੀਂ ਮਿਲਦੀ। ਅਤੇ ਹੁਣ ਇਹ ਸਾਡਾ ਫਰਜ਼ ਬਣਦਾ ਕਿ ਨਿੱਕੀ ਉਮਰੇ ਵੱਡੀਆਂ ਸ਼ਹਾਦਤਾਂ ਦੇਣ ਵਾਲਿਆਂ ਦੀ ਯਾਦ ਨੂੰ ਦਿਲੋਂ ਵਿਸਰਨ ਨਾ ਦਈਏ, ਅਤੇ ਜਿਸ ਮਸ਼ਾਲ ਨੂੰ ਜਗਦੀ ਰੱਖਣ ਲਈ ਉਹਨਾਂ ਆਪਣਾ ਲਹੂ ਪਾਇਆ, ਉਸ ਦੀ ਲਹੂ ਨੂੰ ਕਦੇ ਮੱਧਮ ਨਾ ਪੈਣ ਦਈਏ। ਉੱਧਰ ਚਾਰ ਪੁੱਤਰਾਂ, ਮਾਂ ਗੁਜਰੀ ਅਤੇ ਅਨੇਕਾਂ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਸਰਬੰਸਦਾਨੀ ਨੇ ਕਿੱਥੇ ਡੇਰੇ ਲਾਏ, ਉਹ ਵਰਤਾਂਤ ਅਗਲੇ ਹਿੱਸੇ 'ਚ ਪੇਸ਼ ਕਰਾਂਗੇ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।